ਰਹਿਮਾਨ ਯਾਰ, ਮੈਂ ਮਾਫ਼ੀ ਮੰਗਦਾ, ਸਿਰਫ 10 ਮਿੰਟ ਥੱਕਾ ਨਾ, ਮੈਂ ਕੁਰਸੀ ਤੇ ਬਹਿ ਗਿਆ, ਕੱਲ ਨਹੀਂ ਬਾਣਾ ਮਹਿਸੂਸ ਨਾ ਕਰਾਂ। ਬਿਸਮਿਲ੍ਲਾਹ ਰਹਿਮਾਨ ਰਹੀਮ, ਅੱਲਾਹੁਮਾ ਕੁਨ ਲਿਵਲੀ ਕਲ ਹੁਜਜਤ ਇਬਨਿ ਹਸਨ ਸਲਵਾਤੁਕਾ ਅਲੈਹਿ ਵਅਲਾ ਆਬਾਈ ਫੀ ਹਾਲਿ ਸਾਅਤ ਵਫੀ ਕੁੱਲਿ ਸਾਅਤ ਵਲੀਯਨ ਵਹਾਫਿਜ਼ਨ ਵਕਾਇਦਨ ਵਨਾਸਿਰਨ ਵਦਲੀਲਨ ਵਇਨਾ ਹੱਤਾ ਤੁਸਕਨਹੂ ਵਰਜ਼ਕਤਾਵਨ ਵਤੁਮੱਤਿਅਹੂ ਫੀਹਾ ਕਲੀਲਾ ਯਾ ਰੱਬ ਮੁਹੰਮਦ ਵਾਲ ਮੁਹੰਮਦ ਸੱਲੇ ਅਲਾ ਮੁਹੰਮਦ ਵਾਲ ਮੁਹੰਮਦ ਵਾਜਿਲ ਫਰਜ ਆਲ ਮੁਹੰਮਦ ਕਸ਼ਫ ਨਾਮ ਕਾ ਬੇਤਾ ਬਸੁ ਕਲ ਯੋਮਾ ਹਦੀਦ ਨਜ਼ੀਰੋ ਕਾ ਹੈ ਸੋ ਮੱਤਾ ਜਾ ਹਾਜ਼ਰੀ ਕਾ ਬੀ ਵਜ਼ੈਫੋ ਕਾ ਹੈ ਸੋ ਕੁੰਤੁ ਮਿਨਲ ਬਿਲਾਦ ਅੱਲਾਹੁਮਾ ਇੰਨਾ ਕਾ ਤਰਾ ਵਲਾ ਤੁਰਾ ਵਅੰਤਾ ਬਿਲ ਮੰਜ਼ਰ ਆਲਾ ਵਅੰਨਾ ਇਲੈਕਲ ਮੁੰਤਹਾ ਵਰਜਾ ਵਅੰਨਾ ਅਲਲ ਆਖਿਰਤਿ ਵਲ ਊਲਾ ਯਾ ਅੱਲਾਹ ਅਜ਼ਮਤ ਬਤੂਲ ਦਾ ਸਦਕਾ ਇਹ ਅਸ਼ਰਾਏ ਮੁਹਰਮ ਕਬੂਲ ਪਾਣੀਆਂ ਨੇ ਮਜਾਲਸ ਦੁਆ ਬਾਜੇ ਵੇ ਮੌਲਾ ਉਹਨਾਂ ਕੋ ਰੰਗ ਲਾਵੇ ਅੱਲਾ ਉਹਨਾਂ ਦੀ ਇੱਜ਼ਤ ਵਧਾਵੇ ਮੌਲਾ ਉਹਨਾਂ ਦੀ ਇਹ ਮਿਹਨਤ ਕਬੂਲ ਕਰੇ ਹਰ ਅਜ਼ਾਦਾਰ ਬਾਣੀ ਦੀ ਮਿਹਨਤ ਕਬੂਲ ਹੋ ਅੱਲਾ ਤੁਸਾਂ ਮੋਮਨਾਂ ਕੋ ਰੰਗ ਲਾਵੇ ਮੌਲਾ ਦੁਆ ਕੋ ਸਲਾਮਤ ਅੱਲਾ ਤੁਹਾਡੇ ਉੱਤੇ ਰਾਜ਼ੀ ਹੋ ਬਤੂਲ ਰਾਜ਼ੀ ਤੁਹਾਡਾ ਨੇਕ ਆਰਜ਼ੂਆਂ ਪੂਰੀਆਂ ਹੋ ਵਾਰਿਸ ਤੇ ਜ਼ਹੂਰ ਵਿੱਚ ਮਾਲਕ ਤਾਜੀ ਮੇਰੇ ਸਮਾਇਤ ਅਸਾਂ ਸਾਰਿਆਂ ਮੌਲਾ ਦੇ ਕਦਮੇ 'ਚ ਅੱਲਾ ਦਰਜਾਏ ਸ਼ਹਾਦਤ ਨਸੀਬ ਅੱਲਾਹੁਮਾ ਸੱਲੇ ਅਲਾ ਮੁਹੰਮਦ ਵਾਲ ਮੁਹੰਮਦ ਇਮਾਨ ਵਾਲੇ ਸਲਵਾਤ ਫਜ਼ਾਇਲ ਦੀ ਅੱਜ ਆਖਰੀ ਮਜਲਿਸ ਕੱਲ ਨਹੀਂ ਫਿਰ ਮੌਲਾ ਦੇ ਬੁੱਲਣ ਦੀ ਮਜਲਿਸ ਤੇ ਬਕਾਇਆ ਹਿੱਸਾ ਜਿਹੜਾ ਖੈਬਰ ਦਾ ਰਹਿੰਦਾ ਹਾ ਅੱਜ ਮੈਂ ਉਹ ਪੂਰਾ ਕਰਾਂ ਤੁਹਾਡੀ ਮਜਲਿਸ ਚ ਸਾਨੂੰ ਇਲਮ ਹਾਸਿਲ ਹੁੰਦਾ ਤਸ਼ੱਫੀ ਨਾਲ ਮੇਰਾ ਬੱਚਰਾ ਮੈਂ ਮੁਹਰਮ ਦੇ ਵਿੱਚ ਕਹੀਂ ਆਸਤਾਨੇ ਤੇ ਘੰਟੇ ਤੋਂ ਕੰਮ ਨਹੀਂ ਪੜਿਆ ਮੈਂ ਮੁਹਰਮ ਕੋ ਪੁੱਤਰ ਮੁਹਰਮ ਸਮਝਦਾ ਅਗਰ ਮੈਂ ਅੱਧਾ ਅੱਧਾ ਘੰਟਾ ਕਰਦਾ ਤਾਂ 6 ਪੜ੍ਹ ਸਕਦਾ ਨੌਕਰ ਦਾ ਕੰਮ ਏ ਇਮਾਨ ਨਾਲ ਨੌਕਰੀ ਦੇਵੇ ਖੈਰਾਤ ਦੇਵਣ ਉਹਨਾਂ ਦਾ ਅਸਾਂ ਦਰ ਦੇ ਫਕੀਰ ਹਾਂ
ਅਸਾ ਦਰਵਾਜ਼ਾ ਹੈ ਬਤੂਲ ਦੇ ਝਾੜੂ ਬਰਦਾਰ ਹਾਂ ਜਿਤ ਕਲੰਦਰ ਸਾਗਾ ਦੇ ਮੈਂ ਕੌਣ ਹਾਂ ਜਿਤ ਨਬੀ ਮੱਥਾ ਟਿਕੇ ਨੰਨ ਮੈਡੀ ਕਿਆ ਹੈ ਸੀ ਮੈਂ ਤਾਂ ਫਕੀਰ ਹਾਂ ਸਾਨੀ ਜ਼ਹਰਾ ਦੇ ਬਚੜੇ ਦਾ ਔਰ ਰੰਗ ਰੰਗ ਵਾਲੇ ਲੈਂਦੇ ਗੁਲਾਮ ਦਾ ਕੰਮ ਏ ਸਹੀ ਨੌਕਰੀ ਦੇਵੇ ਮੁਹੰਮਦ ਸੱਡ ਮਾਰੇ ਅਲੀ ਜਵਾਬ ਦਿੱਤੇ ਜੰਪ ਲਾਏ ਪਿਛਲੇ ਫੇਰ ਮਦੀਨੇ ਅਗਲੇ ਗੜ ਖੈਬਾ ਪਹਾੜ ਕੋਲ ਉੱਥੇ ਕੋਚ ਵਾਲੀ ਨੱਪੀ ਮੋਬਾਈਲ ਬੰਦ ਕਰੋ ਯਾਰ ਕੋਈ ਕਿਉਂ ਪਕੜੀ ਹੈ ਖੈਬਰ ਚ ਰਸੂਲ ਮਜਬੂਰ ਹਾ ਉਨਤਾਲੀ ਦਿਨ ਸਾਥ ਪਹਿਲਾ ਗਈ ਅੱਜ ਆਪ ਚੂਲਾ ਹੈ ਜੋ ਖੈਬਰੀਆਂ ਕੋ ਪਤਾ ਲੱਗੇ ਅੱਜ ਆਮਣ ਆਲਾ ਔਰ ਸਲਮਾਨ ਸ਼ਰਬਤ ਬੜਾ ਗੁਸਲ ਦਾ ਇੰਤਜ਼ਾਮ ਕਰ ਮੇਰੇ ਭਰਾ ਦੀ ਥਕਾਨ ਲੈ ਤਲੀਆ ਦੇ ਬਾਦਸ਼ਾਹ ਤੇਰਾ ਹੁਕਮ ਹੁਕਮ ਖੁਦਾ ਹੈ ਤੇਰੇ ਸੱਡ ਦਾ ਜਵਾਬ ਨਾ ਦੇ ਮਾਣਾ ਲਾ ਕਰ ਮੇਰੀ ਅਪੀਲ ਰਸੂਲਾ ਦੇ ਅਪੀਲਾ ਨਾ ਕਰ ਅੱਜ ਤੌਹੀਦ ਤੇ ਨਬੂਵਤ ਦੀ ਲੱਜ ਤੇਰੇ ਹੱਥ ਹੈ ਸਰਦਾਰ ਗੱਲਾਂ ਹੀ ਮੋੜਾ ਵਰਸਾਏ ਹਾਲ ਹਵਾਲੀ ਬਣਾ ਲੈ ਸਾਏ ਉਸ ਲਈ ਮੁੜ ਆ ਕਰਸਾ ਇਹ ਉਨਤਾਲੀ ਦੀ ਜੋ ਦੀਨ ਦੀ ਤੌਹੀਨ ਥਈ ਹੈ ਮੇਰੇ ਜਜ਼ਬਾਤ ਮਜਰੂ ਹਨ ਕੋਈ ਦੇਰ ਤਾਂ ਲੱਗਣੀ ਨਹੀਂ ਤੂੰ ਇਜਾਜ਼ਤ ਦੇ ਮੈਂ ਬਹਿੰਦਾ ਤੇ ਬਲਦਾ ਜ਼ਿੰਦਗੀ ਦਾ ਮਾਰਕਤੁਲ ਆਰਾ ਜੰਗ ਨਾ ਸਲਾਹ ਕਰੇ ਨੇ ਨਾ ਨਕਸ਼ਾ ਪੁੱਛਦੇ ਅਲੀਆ ਦੇ ਮੈਂ ਇਮਰਾਨ ਦਾ ਲਾਲਾ ਅਜਾ ਲਿਬਾਸ ਵਟਾ ਕੱਪੜੇ ਜ਼ਰਾ ਮੈਲਨ ਨਬੀ ਲਿਬਾਸ ਪਵਾਇਆ ਅਜੀਬ ਤਵੱਕਲ ਤੋ ਅੱਲਾਹ ਦਾ ਅਮਾਮਾ ਰਜ਼ਾ ਖੁਦਾ ਦਾ ਜੁੱਬਾ
نالینِ خوف و بیم عظمتِ کردگار دا پاجاما بطول دی توا دا سیتا ہویا چولا بسم اللہ ہر جنگ چ سوچنا ہے موالیاں علی دی سواری ہے اسپ تابیہ خیبر چلی اصلی سواری تے نہیں نبی تے علی دے دادے دا ہے گھوڑا اصحاب اشکر جی 80 سال دی عمر خیبر علی علی مولا میں اس گھوڑے تے ویسا جگ سخت اجازت دیو نہ بھجن دا نہ پڈن دا نہ دوڑن دا نہ ہلن دا نہ چلن دا رسول آدے سلمان اصحاب اختر تے زین رکھ علی زین چایا دوڑ بھاگ آلا تا کھاتا دا خندق دے کنارے تے آ کھڑا 85 گز چیڑی 80 گز گہری پتھراں دا ایندھن بل رہے کدھی تے گھوڑا آ کھڑے علی آدے 85 گز چیڑی 80 گز گہری بڈھڑا حیوان حیوان آدے نہ باغ ہلا اشارہ کر کاموس دی چوٹی دا طواف کر کے سنٹر اچ نہ لا تے دی سواری دا فائدہ اشارہ کیتا گھوڑے شہبازی جمپ لیا عقل مند مجمع پاکستان دا دل مجمع نیت والا مجمع محرم نو محرم سمجھن والا مجمع کاموس دی ستویں چوٹی دا طواف کر کے علی سنٹر میدان وچ اتریا پتھر تے علم رسول لایا گھوڑے نو علم دا سنتری بڑھایا 7 قلعے 14 کوٹ دے اندر کمبر دا پنجا پکڑ کے علی ودا ٹر چال علی دی تیز حارس آیا 39 دن دی عادت میں کے پڑھائی دے نال علی دی جنگ ضرب لگی فنار ہویا علی دے نعرہ تکبیر دی گا جائے جلے گا جائی ایک عجیب واقعہ ہے کہ اے نہائی بن اختب دے پوت بادشاہ خیبر دے مرحب
سات بھیرا مرہ بہارس انتر حفاظ احمد یا فیس ان ہت بھیڑ صفیہ جد نال ساڈے نبی خیبر چ نکاح کیتے اور ایڈا مال ملے پان ویچن والے امیر بننا شادی ہوئی ہے موالیاں پنجویں دن علی چپی رجب خیبر دے قلعے دے اندر پنج دن دی شادی شدہ بہن نال کنانا پسر ربی پتریر نال دی شادی ہوئی ہے مرحب دی بہن دی یہ دلہن دے کمرے بیٹھی ہے مرحب حال بیٹھا بنے دے اج خیبر ختم ایک مسلمان ول نہ ویسی ایڈو علی دے نعرے دی کڑک آئیے پلنگ تو بہن ڈٹھی کرسی تو مرحب یا علی رتی نہیں چھوڑی تاریخ طبیعت رخسارے تے زخم آیا خون ظاہر ہویا مرحب دے اکھاں انتقام دی اگ بھڑکی نوکر کنے پوچھ دے سلطان پہاڑ پھٹ گئے زمین ہل گئی ہے یہ پہاڑ جڑے قلعے کیوں پے ہلدن وہ آخے کوئی زلزلہ نہیں شرائی ہو جمدا سونا جمان محمد میدان سے بھیجے جیڑے ویلے دا کوندا قدم ہے زمین کو آرام نہیں جہنم شولے کڑھیں گا ہاتھی نکار جھول دا وزنی پڑیا کھلونے نکار سٹیں گا بلکہ اے او جوانے جیڑا پتھریلی زمین چ دھس ویندا موت دا دیوتا بن کے ممیت الموت دو وٹھیا کمبر دی مرحب تے دید ادیالی بندہ نہیں کے افریت پہاڑ وزنی پڑی آنگل نال سٹے دار دے علی آدھے کوئی ایسی بلا آگئی ہے بے نیازی نال علی ویکھے آچے رے دی رونک بات گئی ہے کمر خط مستقی ہاتھ جت اللہ تہر اچھی آواز علی بولن لگا تیز چال علی چلن لگا یعنی شیر دا شکار تے موڈ جڑ گیا مطابق علی دا نارا مار میں کوئی جنون آوے نارا
ਮਰਹਾ ਪੜੀ ਤੇ ਪੜੀ ਮਾਰੀ ਮੈਨੂੰ ਵੇਖੇ ਮੇਰੇ ਹੁਜਮ ਦਾ ਲੋਕ ਪੋਵੇ ਅਲੀ ਟੈਡੀ ਦੀ ਮਤ ਨਾ ਚੱਕਰ ਮਾਰ ਕੇ ਅੱਗੇ ਆਏ ਰਾਉਣਾ ਦਾ ਮੇਲ ਚੱਲੇ ਹੋਏ ਲੈ ਜੇ ਜਾਦੇ ਹਰ ਸੁਣ ਤਾਂ ਮਾਰੇ ਅਲੀ ਆਦੇ ਚੰਦ ਮਿੰਟ ਦੇ ਜਹਨਮ ਚ ਪੁੱਛ ਲਵੀ ਕਾਤਲ ਕੌਣ ਹੈ ਜਵਾਨੀ ਵਾਲਾ ਸੀ ਇਹ ਮੈਂ ਕੋ ਨਹੀਂ ਬੁੱਢਾ ਹੋਣ ਦੀ ਤਾਕ ਹੈ ਪਰ ਤੁਸਾਂ ਕੀ ਹੋ ਜਹਾਨਾ ਵਿੱਚ ਪੁੱਛ ਲਵੀ ਕਾਤਲ ਕੌਣ ਆ ਮਰਹਾ ਮਾਦੇ ਮਸਬਕ ਨਾ ਕੇ ਅਲੀ ਆਦੇ ਅੰਦਲਾ ਦੀ ਸੰਮਤ ਨੇ ਉਮੀ ਹੈ ਅੱਲਾਹ ਨੇ ਮੇਰਾ ਨਾਂ ਅਲੀ ਰੱਖਿਆ ਅੰਮਾ ਨੇ ਮੇਰਾ ਨਾਂ ਹੈਦਰ ਰੱਖਿਆ ਚੀਰਨੇ ਫਾੜਨੇ ਵਾਲਾ ਸ਼ੇਰ ਮਰਾਬਾ ਦੇ ਕਿਬਲਾ ਚੀਰਨ ਫਾੜਨ ਦਾ ਕੰਮ ਕਰਦੇ ਹੋ ਅਲੀ ਆਦੇ ਪੇਸ਼ਾ ਨਹੀਂ ਮੌਕਾ ਬਣ ਵਣੇ ਤਾਂ ਕਰ ਲੈ ਮਰਾਬਾ ਦੇ ਮੇਰੀ ਗੱਲ ਸੁਣ ਜਾ ਲਈ ਸਾਡੇ ਘਰ ਕਿਉਂ ਆਏ ਸਾਡੇ ਫੇੜੇ ਚ ਕਿਉਂ ਆਇਆ ਅਲੀ ਆਦਾ ਪਾਗਲ ਦਾ ਪੁੱਤਰਾ ਅਬੂ ਤੁਰਾਬ ਮੇਰਾ ਲਕਬੇ ਕਾਇਨਾਤ ਮੇਰੀ ਮਲਕੀਅਤ ਦਾਰੈਨ ਦਾ ਮੈਂ ਸੁਲੇਮਾਨਾ ਤਵੱਜੋ ਹੈ ਜਿਹੜੇ ਸਰਦਾਰ ਕੋ ਅੱਲਾ ਜਾਗੀਰਾਂ ਬਹੁੰਦੇ ਵੇ ਉਹ ਜੁਗੀ ਅੱਜ ਜਾਈ ਰਿਆਇਆ ਚ ਵੜੇਂਦੇ ਇਸ ਮਕਾਮ ਤੇ ਜੋ ਆ ਜਾਇਆ ਅਦਨਾ ਮੁਜ਼ੇਰਾ ਹੋ ਕੇ ਮਾਲਕ ਤੋਂ ਪੁੱਛਦੇ ਕੌਣ ਹੈ ਤਲਵਾਰ ਨਿਚਾਈ ਸ਼ੈਤਾਨ ਬੜਾ ਬਦਮਾਸ਼ ਹੈ ਇਹ ਛੋਟੀਆਂ ਟਿੱਬੀਆਂ ਤੇ ਨਹੀਂ ਚੜਦਾ ਇਹ ਫੇੜ ਢਹਿੰਦੇ ਬੁੱਢੜਿਆਂ ਦੇ ਸਿਰ ਬੜਾ ਹੁੰਦੇ ਜੋ ਕੋਈ ਨਮਾਜ਼ ਰੋਜ਼ੇ ਦੀ ਗੱਡੀ ਚਾਈ ਬੰਦੇ ਉਹ ਕਲਟੀ ਮਾਰਾ ਜੋ ਕੱਖ ਨਾ ਰਹਿ ਸ਼ੈਤਾਨ ਆਇਆ ਕਿਆ ਮੈਂ ਦਾ ਹੁਲੀਆ ਦੱਸਾਂ ਦੁਨੀਆ ਨਾਰਾਜ਼ ਥੀਂਦੀ ਏ ਯਾਨੀ ਕਦਾਈ ਸ਼ੈਤਾਨ ਪਟਵਾਰੀ ਦੇ ਲਿਬਾਸ ਚ ਨਾ ਸੀ ਜਦਨ ਆਸੀ ਸੇ ਮੁਕੱਦਸ ਯੂਨੀਫਾਰਮ ਨਿਸ਼ਾਨੀ ਮੈਂ ਯਾਦ ਰੱਖੀ
ਤੂੰ ਬਾਜ਼ਾਰ ਵਾਂਝ ਦਾੜੀ ਮੋਹਨ ਕਨੇ ਸਾਦਾ ਪੁੱਛ ਹਾਜੀ ਕਨੇ ਪੁੱਛ بچے سمیت ਇਹ ਪਰੋ ਕਦੇ ਖੜ ਕੇ ਆ ਦੇ ਲਾਨਤ ਤਾਂ ਕਰੇ ਦਿਓ ਤੁਹਾਡਾ ਸ਼ਿਕਾਰ ਭਲਾ ਅਰੇ ਆ ਜਾਏ ਮੇਰਾ ਬਾਰ ਕਾਰ ਕਹਾਰ ਦੀ ਬਿਜਲੀ ਹੋਈ ਜਹੰਨਮ ਸ਼ਿੱਦਤ ਜ਼ਰਾ ਬੇਅਲੀ ਪਿਆ ਮਹਿਸੂਸ ਕਰੇ ਸੇ ਮੈਂ ਹਾਸ਼ਮੀ ਚਾਨਾ ਸਯਾਦਾ ਦਿਲ ਚਾਹਰ ਇਕਦਮ ਮੈਡਾ ਸੇਵਾ ਨਹੀਂ ਮੇਰੇ ਬਾਰ ਦੇ ਬਾਦ ਕੇ ਬਾਰ ਕਰ ਨਹੀਂ ਹਸਰਤ ਮਿਟਾ ਮੈਂ ਅਲੀ ਆ ਪਰਸੋਂ ਤੋੜੀ ਮੜੀ ਕੇ ਸਾਡੇ ਕਿਸੇ ਨੂੰ ਨਾ ਦੇਵੀ ਨਾਰਾਈ ਮਾਰ ਨਹੀਂ ਤਾਂ ਮੈਂ ਲਗਾ ਸਾ ਮਾਰ ਨਾਰਾ ਲੀ ਦਾ ਚਲੋ ਆਪਣਾ ਬੰਦੇ ਹੁਣ ਮਾਰ ਜੋਗਾ ਸ਼ੱਕ ਪਾਉਂਦੇ ਕੀ ਬਲਾ ਹੈ ਜੇ ਕੋ ਅਲੀ ਦਾ ਨਾ ਨਹੀਂ ਆਦਾ ਕੁਰਾਨ ਤੇ ਲਿਖ ਦੇਣਾ ਮੁਸਲਮਾਨ ਨਹੀਂ ਬਿਜਲੀ ਦੀ ਤੇਜ਼ੀ ਨਾਲ ਮਰਹਬ ਦਾ ਗੁਰ ਖਾਲੀ ਦੁਆ ਸ਼ਾਬਾਜ਼ ਇਮਾਮਤ ਦੇ ਖੱਬੇ ਹੱਥ ਦਾ ਝੱਟ ਚੰਦ ਮਿੰਟ ਮਰਬ ਦਾ ਹੋਰ ਠਿਕਾਣੇ ਨਾ ਰਿਹਾ
جدے حواس ٹھیک ہوئے ادھے من گیا کسے آلہ نجاد مستور دی آغوش دا قیمتی مال یا علی میرا گرز گد گئے علی آدھے کار خدا بھیجے مرحبا دے کھڑا میرے نال لڑتے اللہ دا کوئی ہور کام ہی کی تھی اور دس ہزار تو بڑا مجمع علی یادو جاہل میں نازم میں نظم سکلائن علی میں نازم میں نظم سکلائن علی میں بھی ہک تیرے نال جنگ چ دوسری نظام کائنات دا کنٹرول کر رہی ہے دریائے دجلہ سنسار میں مچھلی تے حملہ کی اون میرے کولو مدد منگی تیرا وار خطا کیتم گرد سسار نو مارم خود مشکل کو شاریاں نہ منے داتا انگلی چوبے دید کیتی اس متصل بغداد دجلہ دے لہرائے سسار دے سرچ گرد مچھی تردی ویندی تے آدھی ویندی خوش نصیب او کام جدا تو ایمان مسافر دی جیڑی کل رات سی حسین دی نہیں او زینب دی ہے یا علی بڑا مظلوم امام خیبر اڈاونا بے شک وڈی گال اج مجلس جا اکبر جامنا اور بات کربلا دی خونی شہادت کربلا دی خونی شہادت کربلا دی خونی شہادت کربلا دی سب تو اوکھی شہادت تیکو بچڑے پیارن حسین نو کوئنن تیڑے بچڑے نو تکلیف تھی وے ڈاکٹر دے وے نے کیا پتا ای زمانے کو حسین دا کیڑا پیارا آج میں ماتم کرے سا منہ تے اکبر جیڑا نہ کرے نہ کرے میں سیدا اے اکبر 18 سال زینب دے گھر رہے 18 سال حسین نہیں سوتا جل رات ڈھلے چپ کر کے اکبر دی لاڑی لہندی ویکھیا مرحبا
ایک رات زینب اٹھی آدھی نبی گزر دیتا والدے آدھے زینب جڑ دے رے جل میں کو لوڑ پوے میں کو دیوی سائی ہائے ہائے یار میرے دل وچ نہیں کھڑدا یار میرے دل نہیں کھڑدا میں شہادت تو پہلے آدھا تینوں بچڑے پیارن حسین کو کوئنن اگر آکھے تا پہلے پہلے میں پیار دا فکر آکھا جیڑی سانگ تے اکبر سوارا جیڑے پاسے قاتل لے ویا حسین دا سر پھردا جوان ہوتے ہوئے اکبر رومن والے ہوتے ہوئے اکبر اگر پڑھن دے نن تا جی تھوڑی پڑھ سکدا سنن دا ہوئے اکبر او منہ تے پٹے والا اٹھ کر اکبر دی گواہی دے اٹھ کر مومن دا منہ کر مومن دا منہ کر اور او کنا لائی کر پوچھ اکبر میں دعا کرے نہ لنگو سی جڑے پاسے قاتل سانگ لائے منجے ہاں حسین دا سر پھردا رہا ایک بار اکبر دا سر نے صندوق بند کیتے جل رات ہوئی حسین سانگ تو گم تھی گئے سویرے کتے دا پتر سجاد ہوا دے بابا کے نگاہ آدھے میں نو نہ مار اکبر دی صندوق کھول جل کھولی اس اکبر دے منہ تے حسین دا منہ ہوئے آدھے تیرے قاتل مرے مجھے تینوں سانگ مار اللہ مان اللہ مان اللہ مان یہ بے لگا جی توڑے جو سیدہ ہے میں رومن والے لطا بیدارا جب میں کو امام دینا اکبر دینا آتے اگوٹے بنیاں دے دامی جے لپا ہر ڈھلے نسائن اب دے بات ڈھالنا آج سارے نقشے بڑھے نا آج نو محرم میں سارے نقشے بڑھے نا اس رنگ چھوسائن زمین تے بیٹھ کے پاگل ہائی ہے ہارے ہارے آدھے زینب مالا مال والد ہے زینب در تے آئی ہے آدھیے میں بہر راما تو آ آدھے بڑی اللہ تو نگاہ دی میں نو اکبر ور دے سامنے کھڑا ہاتھ ور رولائے 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 میں تیرے نال ٹردا رولائے بھائی رولائے رولائے بھائی رولائے رولائے بھائی رولائے رولائے میں تیرے نال بیبیاں دے اڑیا حسین دا سونا بچڑا آدھی دو دن دا دتا ہاوی 18 سال دا سنبھال 400 جوڑا کوئی بیٹھے ماتم کرن والا او جمانا نچے اکبر دا واسطے نچے آدھی دی شادی دا 400 جوڑا میں خیمے لائے جیڑا پما میں پواگا پاک رل کے بجے سو ہائے ہائے
ਕਦਰ ਮੇ ਬੈਠੇ ਹੁਸੈਨ ਜੋੜ ਵਤਨ ਕਰੇਗਾ ਜਿਹੜੇ ਸਹਿਮੇ ਆਏ ਤਬਰ ਰਾਤ ਦੇ ਸਲੋਕ ਜੋ ਕੁਬਰਾ ਭਾਗ ਕਰ ਸਹੀ ਆਜ਼ਾਦੇ ਨੂੰ ਬਾਬਾ ਪੱਗ ਬਦਲੇ ਚੂਹੜ ਸਹੀ ਆਜ਼ਾਦੀ ਆਈਏ ਅਠਤਾਲੀ ਯਤੀਮ ਆਏ ਪਤਾ ਲੱਗੇ ਸਕੀ ਨਾ ਤੂੰ ਜੋ ਪੱਗ ਬਧੀ ਦੀ ਬਾਝ ਕੇ ਸਕੀ ਨਾ ਚੋਲੇ ਦੇ ਨਾਲ ਗੱਠ ਦਿੱਤੀ ਪਿੱਛੇ ਗੁਮਰਾ ਦੀਏ ਪੱਲੇ ਜੋ ਬਧੇ ਨੀ ਥਾਰੇ ਹੌਲੇ ਹੌਲੇ ਆਦੀਏ ਨਿਖੜੀ ਦੀ ਵਸੀਅਤ ਜਿਲੇ ਦੋ ਖਾਇਆ ਦੇ ਖੱਡੇ ਮੋ
ਸੈਯਦ ਅਦਜ਼ੀਨ ਜੋਖਾ ਖਲਾਇਆ ਤੇਲੇ ਟੱਕਰ ਦਿੱਤੀ ਇਸ ਪਿੱਛੇ ਜ਼ੈਨਬਾ ਦੀ ਗਾਜ਼ੀ ਸੋਹਣੀ ਜਗ ਸਿਖਾਈ ਉਹ ਕਿਆਮਤ ਭਈਆ ਦੀ ਉਹ ਕਿਆਮਤ ਭਈਆ ਦੀ ਬੈਠਾ ਹੁਣ ਕੀ ਹੈ ਮੈਂ ਤੇਰੇ ਸਾਹਮਣੇ ਜੋੜ ਬਣਾਵਾਂ
पीछे हुसैन घोड़ी लाई अकबर का सिर मूठे रखे जेड़े त्रै दफा चावन लगे अकबर की लाश नहीं आई आधे सैनब मेरे को चमता लाई थका नहीं बैठा इन बछड़े का सिर रख के आधे खैमे तो नहीं लगा जो तेन मस्तूरा जी दिले चा के आप सिर चाइया दे पेर मां चवाइया मरहबा हो यार अजन को बैठे जिले खैमे दे नेड़े आए सर लाहन पाएगा अकबर हिम्मत कर खैमा नेड़े जिले दर ते आए अकबर मर गए सरिया ना दे आवे जे मेरा अकबर मर गए अल्लाह मान अल्लाह मान आखरी लफ्ज़ था नहीं मर सकता आखरी लफ्ज़ था कि ना जनाजा गया हो जनाजा गाड़ी के वास्ते बाही Thank you.